ਲਓ ਬਈ ਜੀ ਨੂੰ ਵੈਲਕਮ ਬੈਕ। ਆਪਾਂ ਵੇਖ ਰਹੇ ਹਾਂ ਜਿਉਂਦੇ ਰਹੋ ਭੂਤ ਜੀ ਤੇ ਅਗਲਾ ਪਾਰਟ ਉਹ ਵੇਖਣਾ ਜਦੋਂ ਛੱਡਿਆ ਸੀ। ਸਟਾਰਟ ਕਰੀਏ ਬਾਜਵਾ ਸਾਹਿਬ ਕਰੋ ਭੂਤ ਜੀ। ਭੂਤ ਜੀ ਜੀ ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਬਾਬਾ ਜੀ। ਮੈਂ ਕਿਸੇ ਦੀ ਧੀ ਭੈਣ ਛੇੜਨ ਦੇ ਹੱਕ ਚ ਬਿਲਕੁਲ ਨਹੀਂ ਹੈਗਾ। ਨਾ ਹੋਰ ਪ੍ਰਾਪਤੀਆਂ ਛੇੜੀਏ। ਮੈਂ ਤਾਂ ਆਪਣੀ ਘਰ ਵਾਲੀ ਛੇੜਨ ਲੱਗਿਆ ਵੀ 100 ਵਾਰ ਸੋਚਦਾ ਕਿਤੇ ਮੇਰਾ ਸਹੁਰਾ ਨਾ ਪਿੱਛੇ ਪੈ ਜੇ। ਸਿੱਧਾ ਕਹਿ ਤੂੰ ਮੇਰੇ ਨਾਲ ਨਹੀਂ ਖੜਨਾ। ਤੂੰ ਖੜਨ ਦੀ ਗੱਲ ਕਰਦਾ ਜੇ ਤੇਰੇ ਆਹੀ ਲੱਛਣ ਰਹੇ ਨਾ ਆਪਾਂ ਨੂੰ ਕਿਸੇ ਨੇ ਬੈਠਣ ਜੋਗਾ ਨਹੀਂ ਛੱਡਣਾ। ਕਿਉਂ ਮੇਰਾ ਨੁਕਸਾਨ ਕਰਾਉਣਾ? ਜੇ ਮੇਰਾ ਮਾਸਟਰੀ ਨਾਲ ਵਿਆਹ ਹੋ ਗਿਆ ਨਾ ਫਿਰ ਫਾਇਦਾ ਹੀ ਫਾਇਦਾ ਹੈ। ਕੀ ਫਾਇਦਾ? 70,000 ਤਨਖਾਹ ਹੈ, ਕੋਠੀ ਬਣੀ ਹੋਈ ਹੈ, ਸਾਰਾ ਕੁਝ ਪਿੱਛੋਂ ਬਣਿਆ ਬਣਾਈ ਆ ਜਾਣਾ। ਮੈਂ ਤਾਂ ਕਹਿੰਦਾ ਇਲਾਕੇ ਦੇ 8-10 ਸਕੂਲ ਹੋਰ ਚੈੱਕ ਕਰ ਲਾ। ਕਿਉਂ? ਕੀ ਪਤਾ ਤੇਰੀ ਕਿਸਮਤ ਖੁੱਲ ਜੇ, ਜਵਾਕ ਵੀ ਬਣੇ ਬਣਾਏ ਆ ਜਾਣ। ਉਹ ਤੂੰ ਮੈਨੂੰ ਕਿਸੋਂ ਨਾ ਖਾਲੀ ਮਾਰ ਕੇ ਦਿਖਾ। ਮਾਰ ਕੇ ਦਿਖਾ? ਤੇਰੇ ਮਾਰ ਕੇ ਮੈਂ ਕਿਸੇ ਨੂੰ ਤੋੜਾਂ ਨਾ ਪਤਾ, ਨਾਲੇ ਆਪਣੇ ਯਾਰ ਦੋਸਤ ਤੇ ਹੱਥ ਚੱਕਦਾ ਚੰਗਾ ਲੱਗਦਾ ਮੈਂ? ਕਦੇ ਪੁੱਤ ਸੈੱਟ ਬੈਠਿਆ ਨਾ ਲੋਕਾਂ ਦੀ ਕਟਵਾਉਂ। ਓ ਯਾਰ ਮੈਂ ਤਾਂ ਤੇਰੇ ਨਾਲ ਹੀ ਆ, ਪਰ ਤੂੰ ਹਿੰਮਤ ਕਰਕੇ ਕੁੜੀ ਮਾੜੀ ਮੋਟੀ ਤਾਂ ਸੈੱਟ ਕਰ। ਓ ਮਾੜੀ ਮੋਟੀ ਸੈੱਟ ਕਰਨ ਨੂੰ ਟੈਲੀਵਿਜ਼ਨ ਦਾ ਐਂਟੀਨਾ ਜਿਹੜੀ ਕਮਾ ਕੇ ਸੈੱਟ ਕਰ ਲੂੰ ਮੈਂ? ਕੋਈ ਗੱਲ ਨਹੀਂ, ਤੂੰ ਰਹਿ ਨਹੀਂ ਦੇ, ਮੈਂ ਇਕੱਲੇ ਹੀ ਦੇਖ ਲੂੰ। ਹੈਲੋ ਹਰਵਿੰਦਰ, ਕੀ ਹਾਲ ਚਾਲ ਹੈ? ਵਧੀਆ, ਤੂੰ ਦੱਸ? ਮੈਂ ਵੀ ਵਧੀਆ। ਉਹ ਸੱਚ ਕੀ ਬਣਿਆ? ਕੱਲ ਤੇਰੇ ਲਈ ਮੁੰਡਾ ਦੇਖਣ ਗਏ ਸੀ ਨਾ, ਬਣੀ ਗੱਲ? ਗੱਲ ਤਾਂ ਬਣ ਗਈ, ਘਰਦਿਆਂ ਨੂੰ ਮੁੰਡਾ ਵੀ ਪਸੰਦ ਆ ਗਿਆ। ਹੁਣ ਮੈਨੂੰ ਵੇਖਣ ਨੂੰ ਕਹਿੰਦੇ ਸੀ ਉਹ, ਪਰ ਪਾਪਾ ਨੇ ਘਰੇ ਮਨਾ ਕਰਤਾ। ਕਿਉਂ? ਘਰੇ ਦੇਖ ਦਿਖਾਈ ਚ ਕੀ ਪ੍ਰੋਬਲਮ ਆ ਯਾਰ? ਘਰੇ ਇਹ ਹੁੰਦਾ ਵੀ ਜੇ ਆਂਢ ਗੁਆਂਢ ਨੂੰ ਪਤਾ ਲੱਗ ਗਿਆ ਵੀ ਜੇ ਨਾ ਨੁੱਕਰ ਹੋ ਗਈ ਤੇ ਗੱਲਾਂ ਕਰਨਗੇ। ਤੈਨੂੰ ਤਾਂ ਪਤਾ ਹੀ ਹੈ ਖੰਭਾਂ ਦੀਆਂ ਡਾਰਾਂ ਬਣਾ ਦਿੰਦੇ ਨੇ ਲੋਕੀ, ਤੇ ਫਿਰ ਪਾਪਾ ਕਹਿੰਦੇ ਕਿ ਮੁੰਡਾ ਸਕੂਲੇ ਆ ਕੇ ਵੇਖ ਜਾਵੇ। ਆਊਗਾ ਫਿਰ ਹੁਣੇ ਆਨੇ ਬਹਾਨੇ ਵੇਖਣ ਮੈਨੂੰ। ਵੈਸੇ ਆ ਵੀ ਠੀਕ ਆ, ਪਰ ਇੱਕ ਗੱਲ ਯਾਦ ਰੱਖੀ, ਜਦੋਂ ਤੈਨੂੰ ਮੁੰਡਾ ਦੇਖਣ ਆਏਗਾ ਨਾ ਮੈਨੂੰ ਜ਼ਰੂਰ ਦਿਖਾ ਦੀ, ਮੈਂ ਵੀ ਤਾਂ ਦੇਖਾਂ ਆਪਣੇ ਹੋਣ ਵਾਲੇ ਜੀਜਾ ਜੀ ਨੂੰ। ਚੰਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਡਿਸਟ੍ਰਿਕਟ ਆਫ ਪੰਜਾਬ। ਹਾਂਜੀ ਦੱਸੋ। ਮੈਡਮ ਬੱਚੇ ਦੀ ਐਡਮਿਸ਼ਨ ਕਰਾਉਣੀ ਸੀ। ਕਿਹੜੀ ਕਲਾਸ 'ਚ ਐਡਮਿਸ਼ਨ ਕਰਾਉਣੀ ਹੈ ਤੁਸੀਂ ਆਪਣੇ ਬੱਚੇ ਦੀ? 7ਵੀਂ 'ਚ ਕਰ ਦਿਓ ਜੀ, 7ਵੀਂ ਰਹਿਣ ਦਿਓ, ਚਾਹੇ ਤੁਸੀਂ 6ਵੀਂ 'ਚ ਕਰ ਦਿਓ ਜੀ। ਹਾਂਜੀ ਇੱਕ ਵਾਰੀ ਨਾ ਤੁਹਾਡੇ ਸਕੂਲ ਦੀ ਇਤਿਹਾਸ ਵਾਲੀ ਮੈਡਮ ਨੂੰ ਮਿਲਾ ਦਿਓ ਜੀ ਮੈਨੂੰ। ਉਹ ਕਿਉਂ? ਕਿਉਂਕਿ ਬੱਚਾ ਜਿਹੜੇ ਸਕੂਲ 'ਚ ਹੁਣ ਪੜ੍ਹਦਾ ਨਾ ਉੱਥੇ ਇਤਿਹਾਸ ਦਾ ਬਹੁਤ ਬੁਰਾ ਹਾਲ ਹੈ। ਕੱਲ੍ਹ ਮੈਂ ਉਹਨੂੰ ਪੁੱਛਿਆ ਵੀ ਤਾਜ ਮਹਿਲ ਕਿਹਨੇ ਬਣਾਇਆ ਸੀ, ਕਹਿੰਦਾ ਮਿਸਤਰੀਆਂ ਨੇ। ਲੈ ਦੱਸੋ ਜਿਹੜੇ ਬੱਚੇ ਨੂੰ ਇਹ ਨਹੀਂ ਪਤਾ ਵੀ ਤਾਜ ਮਹਿਲ ਕਿਹਨੇ ਬਣਾਇਆ ਸੀ, ਉਹਨੂੰ ਸਵਾਲ ਤਰੱਕੀ ਕਰਨੀ ਹੈ। ਦੇਖੋ ਇਹ ਸਕੂਲ 'ਚ ਚਾਹੇ ਦੀ ਸਾਡਾ 5-7 ਲੱਖ ਰੁਪਇਆ ਵੱਧ ਲੱਗ ਜੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਪਰ ਸਾਡੇ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਤਾਜ ਮਹਿਲ ਦੇ ਲੈਂਟਰ 'ਚ ਸਰੀਆ ਕਿੰਨਾ ਲੱਗਿਆ ਸੀ। ਹੋ ਸਕਦਾ ਬੱਚੇ ਨੇ ਕੱਲ੍ਹ ਨੂੰ ਸਰੀਏ ਦਾ ਕੰਮ ਖੋਲ੍ਹਣਾ ਹੋਵੇ। ਜੀ ਮੈਮ। ਪੂਜਾ ਮੈਡਮ ਨੂੰ ਬੁਲਾ ਕੇ ਲਿਆਓ। ਠੀਕ ਹੈ ਮੈਮ। ਇਹ ਜੀ ਸਾਡੇ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਨੇ। ਸਾਡੇ ਸਕੂਲ ਦੇ ਬੱਚੇ ਭੱਜਣ ਵਿੱਚ ਹਮੇਸ਼ਾ ਅੱਵਲ ਆਉਂਦੇ ਨੇ। ਓਹ ਕਦੇ ਕੋਈ ਸਕੂਲ 'ਚ ਮੈਡਮ ਨਹੀਂ ਭੱਜੀ ਜੀ? ਹੈ ਜੀ ਮੇਰਾ ਮਤਲਬ ਮੈਡਮ ਨੂੰ ਭੱਜਣਾ ਚਾਹੀਦਾ ਜੀ, ਜੇ ਮੈਡਮ ਫਿੱਟ ਰਹਿਣ ਗਿਆ ਤਾਂ ਸਕੂਲ ਹਿੱਟ ਰਹੂਗਾ। ਕਿਉਂ ਜੀ? ਉਹ ਤਾਂ ਤੁਹਾਡੀ ਗੱਲ ਠੀਕ ਹੈ ਮੈਮ। ਹਾਂਜੀ ਹਾਂਜੀ ਆਓ ਮੈਡਮ। ਇਹ ਨੇ ਜੀ ਸਾਡੇ ਸਕੂਲ ਦੇ ਇਤਿਹਾਸ ਦੇ ਟੀਚਰ। ਬੈਠੋ ਬੈਠੋ ਪਲੀਜ਼। ਸਤਿ ਸ਼੍ਰੀ ਅਕਾਲ ਜੀ ਮੈਡਮ। ਇਹਨਾਂ ਦੇ ਬੱਚੇ ਦੀ ਨਿਊ ਐਡਮਿਸ਼ਨ ਹੈ, ਤੁਸੀਂ ਇਹਨਾਂ ਨੂੰ ਸਕੂਲ ਵਿਜ਼ਿਟ ਕਰਵਾਓ। ਜੀ ਮੈਮ। ਹਾਂਜੀ ਆ ਜਾਓ ਜੀ। ਅੱਛਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੰਨੇ ਸਾਲਾਂ ਦਾ ਤੁਹਾਡਾ ਬੱਚਾ? ਕਿਹੜਾ ਬੱਚਾ? ਓ ਬੱਚਾ ਮੈਂ ਤਾਂ ਹਜੇ ਆਪ ਹੀ ਬੱਚਾ ਜੀ, ਬਸ ਬੱਚੇ ਦੀ ਮਾਂ ਲੱਭਦਾ ਫਿਰਦਾ। ਜਿਸ ਦਿਨ ਬੱਚੇ ਦੀ ਮਾਂ ਲੱਭ ਗਈ ਨਾ ਉਸ ਤੋਂ ਬਾਅਦ ਬਸ ਬੱਚੇ ਹੀ ਬੱਚੇ, ਬੱਚੇ ਦੋ ਅੱਗੇ ਬੱਚੇ, ਬੱਚੇ ਦੋ ਪਿੱਛੇ ਬੱਚੇ, ਅੱਗੇ ਬੱਚੇ ਪਿੱਛੇ ਬੱਚੇ।
ਦੱਸੋ ਟੋਟਲ ਕਿੰਨੇ ਬੱਚੇ? ਮੈਨੂੰ ਨਹੀਂ ਪਤਾ, ਮੈਨੂੰ ਇਹ ਦੱਸੋ ਤੁਸੀਂ ਇੱਥੇ ਕਿਹਦੀ ਐਡਮਿਸ਼ਨ ਕਰਵਾਉਣ ਆਏ ਹੋ? ਉਹਨਾਂ ਸਾਰੇ ਬੱਚਿਆਂ ਵਿੱਚੋਂ ਇੱਕ ਬੱਚੇ ਦੀ। ਪਰ ਹੁਣੇ ਤਾਂ ਤੁਸੀਂ ਕਿਹਾ ਕਿ ਤੁਹਾਡਾ ਵਿਆਹ ਨਹੀਂ ਹੋਇਆ। ਜੇ ਮੇਰਾ ਵਿਆਹ ਨਹੀਂ ਹੋਇਆ ਮਤਲਬ ਦੁਨੀਆ ਦੇ ਬੱਚੇ ਨਹੀਂ ਹੋਣਗੇ? ਕਮਾਲ ਕਰਦੇ ਤੁਸੀਂ। ਮੇਰਾ ਨਾ ਟਾਈਮ ਨਾ ਖਰਾਬ ਕਰੋ, ਮੈਨੂੰ ਇਹ ਦੱਸੋ ਤੁਸੀਂ ਇੱਥੇ ਕਿਉਂ ਆਏ ਹੋ? ਉਹ ਅੱਛਾ, ਦਰਅਸਲ ਮੈਂ ਆਪਣੇ ਭਰਾ ਦੇ ਬੱਚੇ ਦੀ ਐਡਮਿਸ਼ਨ ਕਰਾਉਣ ਆਇਆ। ਅੱਛਾ, ਕੀ ਕਰਦਾ ਤੁਹਾਡਾ ਭਰਾ? ਬੱਚੇ ਮੈਨੂੰ ਨਾ ਸਭ ਸਮਝ ਆ ਰਿਹਾ ਤੁਸੀਂ ਇੱਥੇ ਕੀ ਕਰਨ ਆਏ ਹੋ। ਦੇਖੋ ਇਸ਼ਕ ਦਾ ਮਾਮਲਾ ਜੀ, ਤੁਹਾਨੂੰ ਪਤਾ ਇਸ਼ਕ ਕਿੰਨਾ ਹੁੰਦਾ ਤੇ ਮੇਰਾ ਇਸ਼ਕ ਕਾਣਾ ਤਾਂ ਹੋ ਚੁੱਕਿਆ। ਦੇਖੋ ਇਸ਼ਕ, ਪਰ ਤੁਹਾਡੀ ਤਾਂ ਅਰੇਂਜ ਮੈਰਿਜ ਹੈ। ਹਾਂਜੀ ਹਾਂਜੀ, ਮੈਨੂੰ ਗੁਰਵਿੰਦਰ ਨੇ ਸਭ ਦੱਸਿਆ ਸੀ ਕਿ ਤੁਸੀਂ ਅੱਜ ਉਹਨੂੰ ਮਿਲਣ ਆ ਰਹੇ ਹੋ। ਤੁਹਾਡੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਨਾ? ਕਿਉਂ, ਸਹੀ ਪਛਾਣਿਆ ਨਾ ਮੈਂ ਜੀਜਾ ਜੀ? ਗੁਰਵਿੰਦਰ ਦੀ ਕਲਾਸ ਬਸ ਖਤਮ ਹੀ ਹੋਣ ਵਾਲੀ ਹੈ, ਮੈਂ ਤੁਹਾਨੂੰ ਉਹਦੇ ਨਾਲ ਮਿਲਵਾਉਂਦੀ ਹਾਂ। ਮੇਰੀ ਬੈਸਟ ਫਰੈਂਡ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਕੁੜੀ ਹੈ। ਚੱਲ ਗੁੱਪੇ, ਤੁਹਾਡੇ ਨਾਲ ਸੋਹਣੀ ਤਾਂ ਨਹੀਂ ਹੋਣੀ? ਹਾਂ, ਸਾਨੂੰ ਫਿੱਕੀਆਂ ਲੱਗਣ ਬਠਿਆਈਆਂ, ਚਾਹੁੰਦਾ ਤੇਰਾ ਪਿਆਰ ਚੱਕਿਆ। ਬੜੇ ਮਜ਼ਾਕ ਕਿਉਂ ਤੁਸੀਂ ਜੀਜਾ ਜੀ? ਆ ਦੱਸੋ ਤੁਸੀਂ ਵਿਆਹ ਕਦੋਂ ਕਰਵਾ ਰਹੇ ਹੋ? ਤੁਸੀਂ ਕਰੀਹਾਂ ਤਾਂ ਕਰੋ ਨਾ, ਇਹ ਸਕੂਲ ਦੇ ਉੱਤੇ ਲੜੀਆਂ ਲਵਾ ਕੇ ਮੈਰਿਜ ਪੈਲਸ ਬਣਾਤਾ ਤਾਂ ਕਿ ਹੋ। ਓ ਗੁਰਵਿੰਦਰ ਆ ਗਈ, ਆਹ ਮੈਂ ਤੁਹਾਨੂੰ ਮਿਲਵਾਵਾਂ। ਚਲੋ ਸ਼ਰਮਾਓ ਨਾ ਜੀਜਾ ਜੀ, ਆਓ 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 ਨਾ ਮਿਲੀਏ। ਆ ਗਏ ਜੀਜਾ ਜੀ, ਸਾਂਭ ਲੈ ਹੁਣ, ਮੈਂ ਚੱਲੀ ਆ, ਬਾਏ। ਤੁਸੀਂ ਅਰਨੋਟਾ ਕੰਪਨੀ ਬਾਰੇ ਸੁਣਿਆ? ਹਾਂਜੀ। ਤੁਸੀਂ ਅਰਨੋਟਾ ਬਾਰੇ ਨਹੀਂ ਸੁਣਿਆ? ਤੁਸੀਂ ਇੱਕ ਵਾਰੀ ਅਰਨੋਟਾ ਦੇ ਮੈਂਬਰ ਬਣੋ, ਉਸ ਤੋਂ ਬਾਅਦ ਤੁਹਾਡੇ ਮੂੰਹੋਂ ਸਾਰੀ ਦੁਨੀਆ ਅਰਨੋਟਾ 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 ਸੁਣੂਗੀ। ਦੇਖੋ ਅਰਨੋਟਾ ਜਿਹੜੀ ਅਸੀਂ ਕਿੱਟ ਪ੍ਰੋਵਾਈਡ ਕਰਦੇ ਹਾਂ ਉਹਦੇ ਵਿੱਚ ਤਿੰਨ ਪ੍ਰੋਡਕਟ ਨੇ। ਸਭ ਤੋਂ ਪਹਿਲਾ ਪ੍ਰੋਡਕਟ ਹੈਗਾ ਸ਼ੈਂਪੂ, ਜਿਵੇਂ ਤੁਹਾਡੇ ਕੱਟੇ ਦੀ ਪੂਛ ਵਰਗੇ ਵਾਲ ਨੇ, ਇਹ ਬਿਲਕੁਲ ਰੇਸ਼ਮੀ ਅਨਮੋਲ ਹੋ ਜਾਣਗੇ। ਤੁਸੀਂ ਵੈਸੇ ਕਰਮਜੀਤ ਅਨਮੋਲ ਦਾ ਨਾਂ ਤਾਂ ਸੁਣਿਆ ਹੀ ਹੋਣਾ। ਯੈਸ, ਪਹਿਲਾਂ ਉਹ ਸਿਰਫ ਕਰਮਜੀਤ ਸੀ, ਸਾਡਾ ਸ਼ੈਂਪੂ ਯੂਜ਼ ਕਰਕੇ ਉਹ ਅਨਮੋਲ ਬਣਿਆ, ਅੱਜ ਕੱਲ੍ਹ ਉਹਨੂੰ ਸਾਰੀ ਦੁਨੀਆ ਜਾਣਦੀ ਹੈ। ਖੈਰ, ਸਾਡਾ ਜਿਹੜਾ ਦੂਸਰਾ ਪ੍ਰੋਡਕਟ ਹੈਗਾ ਉਹ ਫੇਸ ਵਾਸ਼। ਦੇਖੋ ਕੁੜੀਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿੱਲ ਮੁਹਾਸ਼ੇ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਇੱਕ ਕੁੜੀ ਦੇ ਮੂੰਹ 'ਤੇ ਇੰਨੇ ਕਿੱਲ ਸੀ ਚਾਹੇ ਤਾਂ ਉਹਨਾਂ ਉੱਤੇ ਕੱਪੜੇ ਟੰਗ ਲਓ। ਸਾਡਾ ਫੇਸ ਵਾਸ਼ ਇਹੋ ਜਿਹਾ ਹਥੌੜੀ ਬਣ ਕੇ ਮੈਦਾਨ ਦੇ ਵਿੱਚ ਉਤਰਿਆ ਨਾ, ਉਹਦੇ ਮੂੰਹ 'ਤੇ ਸਾਰੀ ਕਿੱਲ ਠੋਕ ਗਏ, ਹੁਣ ਮੁੜ ਕੇ ਉਹਦੇ ਮੂੰਹ 'ਤੇ ਕਾਲਾ ਵਾਲ ਵੀ ਨਜ਼ਰ ਨਹੀਂ ਆਉਂਦਾ। ਸਾਡਾ ਤੀਜਾ ਪ੍ਰੋਡਕਟ ਹੈ ਕੰਪਨੀ ਦਾ ਟੁੱਥਪੇਸਟ ਅਰਨੋਡਾ ਦਾ, ਜੇ ਤੁਸੀਂ ਉਹ ਯੂਜ਼ ਕਰੋਗੇ ਤੁਹਾਡੇ ਮੂੰਹ ਦੇ ਵਿੱਚ ਤਾਂ ਕੀ, ਜੇ ਤੁਹਾਡੇ ਸਾਰੇ ਮੁਹੱਲੇ ਦੇ ਵਿੱਚ ਵੀ ਇੱਕ ਕੀੜਾ ਨਜ਼ਰ ਆ ਗਿਆ ਨਾ, ਮੇਰੇ ਖੜੇ ਖੜੇ ਦੇ ਗੋਲੀ ਮਾਰ ਦਿਓ। ਹੋਰ ਦੱਸੋ, 4500 ਰੁਪਏ ਦੇ ਵਿੱਚ ਤੁਹਾਨੂੰ ਅਰਨੋਡਾ ਕੀ ਦੇ ਰਹੇ? ਮੈਨੂੰ ਕੁਝ ਸਮਝ ਨਹੀਂ ਆਇਆ ਜੀ। ਇਹ 'ਚ ਸਮਝਣਾ ਕੀ ਹੈ ਜੀ, ਤੁਸੀਂ 4500 ਰੁਪਇਆ ਦੇ ਕੇ ਅਰਨੋਡਾ ਦੇ ਮੈਂਬਰ ਬਣੋ ਤੇ ਰਾਤੋਂ ਰਾਤ ਅਮੀਰ, ਆ ਜਿਹੜਾ ਸਕੂਲ ਦੇਖ ਰਹੇ ਹੋ ਨਾ ਤੁਸੀਂ ਜਿਹਦੇ 'ਚ ਕੰਮ ਕਰਦੇ ਹੋ, ਉਸ ਤੋਂ ਬਾਅਦ ਇਹਨੂੰ ਖਰੀਦਣ ਦੀਆਂ ਗੱਲਾਂ ਕਰੋਗੇ, ਸਿਰਫ 4500 ਰੁਪਇਆ। ਜੇ ਤੁਹਾਡੇ ਕੋਲ ਪੈਸੇ ਘੱਟ ਨੇ ਤਾਂ ਦਾਲ ਕਿਸੇ ਮੈਡਮ ਤੋਂ ਮੰਗ ਸਕਦੇ ਹੋ ਤੁਸੀਂ। ਨਹੀਂ ਜੀ, ਹੈਗੇ ਹੈ, ਹੁਣੇ ਦਵਾਂ ਜੀ ਤੁਹਾਨੂੰ। ਬਿਲਕੁਲ, ਮੈਂਬਰ ਬਣਨ ਵਾਸਤੇ ਨਾਲ ਦੀ ਨਾਲ ਹੀ ਦੇਣੇ ਪੈਣਗੇ, ਘਬਰਾਓ ਨਾ, ਫਾਇਦੇ 'ਚ ਰਹੋਗੇ। ਬਸ ਕੋਈ ਨਾ ਜੀ, ਛੱਡ ਦਿਓ ਤੁਸੀਂ, ਮੈਂ ਗਿਣ ਲੈ ਪੂਰੀ ਹੁਣੇ, ਥੋੜ੍ਹੇ ਜਿਹੇ ਘੱਟ ਹੈ। ਦੇਰੀ ਆ ਜੀ। ਹਾਂਜੀ, ਕੋਈ ਨਹੀਂ, ਥੈਂਕ ਯੂ। ਹਾਂ, ਇਹ ਕੰਪਨੀ ਦੀ ਕਿੱਟ ਅਤੇ ਫੋਮ ਕੱਲ੍ਹ ਤੁਹਾਨੂੰ ਸਵੇਰੇ ਮਿਲ ਜੂਗਾ। ਥੈਂਕ ਯੂ ਸੋ ਮਚ, ਧੰਨਵਾਦ। ਹੋਰ ਫਿਰ ਮਿਲ ਲਿਆ ਜੀਜਾ ਜੀ ਨੂੰ, ਬਣਾ ਲਿਆ ਉਹਨਾਂ ਨੇ ਤੈਨੂੰ ਆਪਦੀ ਫੈਮਿਲੀ ਦਾ ਮੈਂਬਰ? ਯਾਰ, ਫੈਮਿਲੀ ਦੀ ਮੈਂਬਰ ਤਾਂ ਉਹਨੇ ਕੀ ਬਣਾਉਣਾ ਸੀ, ਆ ਕੰਪਨੀ ਜੀ ਦੀ ਮੈਂਬਰ ਬਣਾ ਗਿਆ। ਹੈਂ, ਹੋ ਗਿਆ ਪੁੱਤ ਤਿਆਰ, ਚੱਲ ਆਪਾਂ ਗੁਰਦੁਆਰੇ ਮੱਥਾ ਟੇਕ ਆਈਏ। ਉਹ ਕਦੇ ਆ ਪਾਪਾ ਜੀ ਨੂੰ ਵੀ ਕਹਿ ਦਿਆ ਕਰੋ, ਜਾਂ ਘਰੇ ਸਿਰਫ ਟਰੈਕਟਰ ਨੂੰ ਗਰੀਸ ਕਰਨ ਵਾਸਤੇ ਰੱਖੇ ਨੇ। ਓਏ, ਕੁਝ ਤਾਂ ਸ਼ਰਮ ਕਰ,
ਪਿਓ ਤੇਰਾ ਮੈਂ। ਸ਼ਰਮ ਔਰਤ ਦਾ ਗਹਿਣਾ ਹੁੰਦੀ ਹੈ ਪਾਪਾ ਜੀ, ਤੇ ਮਰਦ ਕਦੇ ਗਹਿਣਾ ਨਹੀਂ ਪਾਉਂਦਾ, ਇਹ ਗੱਲ ਯਾਦ ਰੱਖਿਓ। ਉਹ ਫਿਰ ਲੱਗ ਗਏ ਬੋਲਣ ਤੁਸੀਂ, ਕਿਉਂ ਲੜਦੇ ਰਹਿੰਦੇ ਹੋ? ਉਹ ਪਿੰਡ 'ਚ ਚੋਰੀਆਂ ਪਤਾ ਕਿੰਨੀਆਂ ਹੁੰਦੀਆਂ ਨੇ, ਤਾਂ ਕਿ ਪਿੰਡ ਵਾਲਿਆਂ ਨੂੰ ਪਤਾ ਲੱਗੇ ਵੀ ਇਸ ਘਰ 'ਚ ਵੀ ਚਾਰ ਲੜਾਕੂ ਬੰਦੇ ਰਹਿੰਦੇ ਨੇ। ਓਏ ਕਦ ਤੋਂ ਜੰਮਤਾ ਇਹੋ ਜਿਹਾ ਸੰਧਾਰਾ? ਉਹ ਮੁੰਡਾ ਜੰਮਿਆ ਮੈਂ, ਕੋਈ ਇਕੱਲੀ ਨੇ ਕਮੇਟੀ ਨਹੀਂ ਚੱਕੀ, ਤੁਹਾਡਾ ਵੀ ਬਰਾਬਰ ਦਾ ਹਿੱਸਾ ਇਹਦੇ 'ਚ। ਮੈਨੂੰ ਇਸ ਪਤਾ ਸਦੀ ਮਿਲੀ ਭਗਤ ਦਾ ਆਹ ਨਤੀਜਾ ਨਿਕਲੂਗਾ। ਸ਼ਾਬਾਸ਼ੇ, ਸਾਰਾ ਭਾਂਡਾ ਮੇਰੇ ਸਿਰ ਤੇ ਬੰਦ ਹੁਣ। ਹਾਏ ਰੱਬਾ, ਮੇਰਾ ਤਾਂ ਜੀ ਕਰਦਾ ਕਿਤੇ ਮੈਂ ਪਾਹ ਲੈ ਕੇ ਮਰਦਾ। ਰੱਸਾ ਕਿੱਥੇ ਹੋਏ? ਉਧਰ ਬਾਹਰ ਪਿਆ ਈ। ਅੱਛਾ, ਮੈਂ ਉਹ ਬਾਹਰ ਪਏ ਪੁਰਾਣੇ ਰਸਤੇ ਦਾ ਰਿਸਕ ਲੈ ਲਾਂ, ਜੇ ਰਸਾ ਟੁੱਟ ਗਿਆ ਮੈਂ ਬਚ ਗਿਆ। ਕੌਣ ਜ਼ਿੰਮੇਵਾਰ ਹੈ ਢਿੱਲੋ ਸਾਹਿਬ? ਹੈਂ, ਚੱਲ ਪੁੱਤ, ਛੱਡਿਆ ਮੈਨੂੰ ਗੁਰਦੁਆਰੇ। ਉਹ ਮੰਮੀ, ਰੋਜ਼ ਮੈਨੂੰ ਨਾ ਕਹਾਉਣ ਦੀ ਆਦਤ ਹੈ, ਤੂੰ ਜਾਇਆ। ਚੰਗਾ, ਮੈਂ ਜਾਂਦੀ ਹਾਂ। ਜਾਇਆ ਜਾਇਆ। ਹੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ, ਇਹਨੂੰ ਸਮਤ ਬਖਸ਼। ਹੈਲੋ ਗ੍ਰੇਸ ਕੰਪਨੀ, ਆਪਾਂ ਕਿੱਥੇ ਸੀਗੇ? ਖੜ ਜਾ ਤੇਰੀਏ। ਪੂਜਾ ਜੀ, ਪੂਜਾ ਜੀ, ਸਤਿ ਸ਼੍ਰੀ ਅਕਾਲ। ਪੂਜਾ ਜੀ, ਸਤਿ ਸ਼੍ਰੀ ਅਕਾਲ ਜੀ। ਓਹ ਹਾਂ, ਤੁਹਾਡੀ ਸਹੇਲੀ ਦੀ ਇਮਾਨਤ, ਸਾਡੀ ਕੰਪਨੀ ਦੀ ਕਿੱਟ। ਕਿਵੇਂ ਦੀ ਲੱਗੀ ਮੇਰੀ ਸਹੇਲੀ? ਤੁਹਾਡੀ ਸਹੇਲੀ ਦਾ ਤਾਂ ਪਤਾ ਨਹੀਂ, ਪਰ ਗੁਰਵਿੰਦਰ ਦੀ ਸਹੇਲੀ ਬਹੁਤ ਹੀ ਵਧੀਆ ਲੱਗੀ ਮੈਨੂੰ। ਪੂਜਾ ਜੀ, ਤੁਹਾਨੂੰ ਨਹੀਂ ਲੱਗ ਰਿਹਾ ਵੀ ਮੈਂ ਗੁਰਵਿੰਦਰ ਨਾਲ ਵਿਆਹ ਵਾਲਾ ਸਟੈਪ ਗਲਤ ਲੈਣ ਜਾ ਰਿਹਾ? ਨਹੀਂ ਨਹੀਂ, ਤੁਹਾਡਾ ਸਟੈਪ ਬਿਲਕੁਲ ਸਹੀ ਹੈ। ਨਹੀਂ ਨਹੀਂ ਪੂਜਾ ਜੀ, ਪਰ ਸਾਡੇ ਸਾਰੇ ਪਰਿਵਾਰ ਦਾ ਮਨ ਨਾ ਇਤਿਹਾਸ ਵੱਲ ਥੋੜ੍ਹਾ ਜਿਹਾ ਜ਼ਿਆਦਾ ਹੈ। ਤੁਸੀਂ ਆਪਣੇ ਪਰਿਵਾਰ ਦਾ ਮਨ ਇਤਿਹਾਸ ਵੱਲੋਂ ਮੋੜ ਕੇ ਅੰਗਰੇਜ਼ੀ ਵੱਲ ਨੂੰ ਕਰੋ, ਕਿਉਂਕਿ ਗੁਰਵਿੰਦਰ ਬਹੁਤ ਵਧੀਆ ਅੰਗਰੇਜ਼ੀ ਪੜ੍ਹਾਉਂਦੀ ਹੈ। ਗੁਰਵਿੰਦਰ ਅੰਗਰੇਜ਼ੀ ਪੜ੍ਹਾਉਂਦੀ ਹੈ? ਫਿਰ ਤਾਂ ਸਾਡਾ ਵਿਆਹ ਤੋਂ ਪਹਿਲਾਂ ਹੀ ਤਲਾਕ ਹੈ। ਕਿਉਂ? ਕਿਉਂਕਿ ਜਦੋਂ ਦੇ ਮੇਰੇ ਭੂਆ ਜੀ ਗੋਰੇ ਅੰਗਰੇਜ਼ ਨਾਲ ਭੱਜੇ ਨੇ ਨਾ, ਮੇਰੇ ਪਾਪਾ ਜੀ ਨੂੰ ਅੰਗਰੇਜ਼ੀ ਤੋਂ ਇੰਨੀ ਨਫ਼ਰਤ ਹੈ, ਉਹਨਾਂ ਨੇ ਅੰਗਰੇਜ਼ ਫਿਲਮ ਤੱਕ ਨਹੀਂ ਦੇਖੀ ਵੀ ਸ਼ਾਇਦ ਵਿੱਚ ਅੰਗਰੇਜ਼ੀ ਬੋਲਦੇ ਹੋਣ। ਹੋਰ ਤਾਂ ਹੋਰ, ਮੇਰੀ ਮੰਮੀ ਦਾ ਨਾਂ ਤੱਕ ਬਦਲਤਾ ਅੰਗਰੇਜ਼ ਕੌਰ ਤੋਂ ਪੰਜਾਬ ਕੌਰ। ਲੈ ਦੱਸੋ ਕੀ ਕਰੋਗੇ, ਫੜ ਲਓ ਪੂਛ ਮੇਰੇ ਪਾਪਾ ਜੀ ਦੀ। ਪਰ ਜੇ ਕਿਤੇ ਇਤਿਹਾਸ ਵਾਲੀ ਮੈਡਮ ਮੰਨ ਜੇ ਨਾ, ਤਾਂ ਇੱਕ ਇਤਿਹਾਸਕ ਘਟਨਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਆਉਣ ਵਾਲੇ ਸਾਲਾਂ ਦੇ ਵਿੱਚ ਸਾਡੇ ਘਰੇ ਛੋਟੇ ਛੋਟੇ ਇਤਿਹਾਸ ਦੇ ਕੈਦੇ ਖੇਡਦੇ ਫਿਰਨਗੇ। ਇੱਕ ਮਿੰਟ, ਮੈਂ ਗੁਰਵਿੰਦਰ, ਗੁਰਵਿੰਦਰ ਆ ਜਾ, ਇੱਥੇ ਹੀ ਖੜਾ। ਨਹੀਂ ਪੂਜਾ, ਕਿੱਥੇ ਗਿਆ ਉਹ? ਪਤਾ ਨਹੀਂ, ਹੁਣੇ ਤਾਂ ਇੱਥੇ ਸੀ, ਲੱਗਦਾ ਚਲਾ ਗਿਆ ਹੁਣ। ਇਹ ਕਮਾਲ ਦੀ ਗੱਲ ਹੈ, ਮਿਲ ਕੇ ਵੀ ਨਹੀਂ ਗਿਆ, ਏਦਾਂ ਕੌਣ ਕਰਦਾ ਭਲਾ? ਤੈਨੂੰ ਮੈਂ ਇੱਕ ਗੱਲ ਦੱਸਾਂ, ਤੂੰ ਇੰਨਾ ਵਿਆਹ ਨਾ ਕਰਾਈ। ਹਾਏ, ਕਿਉਂ? ਇਹਦੇ ਵਟਣਾ ਨਹੀਂ, ਬਿਜਲੀਆਂ ਲੱਗਣੀਆਂ ਚਾਹੀਦੀਆਂ ਨੇ। ਹਿੱਲਿਆ ਹੋਇਆ, ਮੇਰੇ ਨਾਲ ਅਜੀਬ ਗੱਲਾਂ ਕਰਦਾ ਸੀ। ਅੱਛਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਗੁਰਵਿੰਦਰ ਜੀ ਨੂੰ ਮਿਲਣਾ ਸੀ ਜੀ। ਮੈਂ ਹੀ ਗੁਰਵਿੰਦਰ ਆ ਜੀ, ਦੱਸੋ। ਓ, ਮੇਰਾ ਨਾਂ ਹਰਭਜਨ ਸਿੰਘ ਹੈ ਜੀ। ਤੁਹਾਡੇ ਪਾਪਾ ਨੇ ਤੁਹਾਨੂੰ ਦੱਸਿਆ ਹੋਣਾ ਵੀ ਮੈਂ ਤੁਹਾਨੂੰ ਸਕੂਲ 'ਚ ਦੇਖਣ ਆਉਣਾ। ਜੇ ਇਹ ਤੈਨੂੰ ਦੇਖਣ ਆਏ ਨੇ ਤੇ ਉਹ ਕੀ ਲੈਣ ਆਇਆ ਸੀ? 4500 ਬਣ ਕੇ ਤੇਰੀ ਜੁੱਤੀ ਚੱਕਣ ਨੂੰ ਫਿਰਦੀ ਆ ਤੇ ਤੂੰ ਉਹਦਾ ਹੀ ਮੂੰਡਾਸ਼ਕ ਬਣ ਕੇ ਜੁੱਤੀਆਂ ਖਾਣ ਨੂੰ ਫਿਰਦਾ? ਉਹ ਸਾਲੀ, ਹੱਥੋਂ ਤਾਂ ਬਰਫੀ ਉਹ ਖਾਣੀ ਆ ਮੈਂ, ਪਰ ਦੱਸ ਹੁਣ ਕਰਾਂ ਕੀ? ਓਏ ਕਮਲਿਆ, ਜਾਣਾ ਤੂੰ ਜਲੰਧਰ ਆ, ਟਿਕਟ ਪੁੱਛੋ ਦੀ ਚੱਕੀ ਫਿਰਦਾ? ਮਤਲਬ ਜਾਣਾ ਤੂੰ ਜੰਗਲ ਪਾਣੀ ਆ, ਬਾਲਟੀ ਨਹਾਉਣ ਲਈ ਭਰੀ ਜਾਣਾ। ਭਰਾਵਾ, ਪਹਿਲਾਂ ਤੂੰ ਮੈਨੂੰ ਐਂ ਦੱਸ, ਮੈਂ ਜਾਣਾ ਕਿੱਥੇ ਆ? ਪੂਜਾ ਦੇ ਕੋਲ, ਉਹਨੂੰ ਜਾ ਕੇ ਕਹਿ ਕਿ ਮੈਂ ਗੁਰਵਿੰਦਰ ਨੂੰ ਨਹੀਂ ਤੈਨੂੰ ਪਿਆਰ ਕਰਦਾ। ਸਮਝ ਗਿਆ, ਕਹਿ ਦੂੰਗਾ, ਪਰ ਜੇ ਕੋਈ ਵਿੱਚ ਨੀਕੀ ਹੋ ਗਈ ਮੇਰੇ ਨਾਲ ਤਾਂ ਖੜੇਗਾ? ਉਹ ਜੇ 34-35 ਵੀ ਹੋ ਗਈ ਨਾ ਤਾਂ ਵੀ ਮੈਂ ਤੇਰੇ ਨਾਲ ਖੜੂੰਗਾ, ਥੰਮ ਵਾਂਗੂ। ਐ ਤਾਂ ਮੈਨੂੰ ਮੇਰੇ ਭਰਾ ਤੇ ਹੌਸਲਾ ਹੈ, ਮੇਰਾ ਭਰਾ ਥੰਮ ਹੀ ਨਹੀਂ, ਇਹ ਤਾਂ ਪੂਰਾ ਥਰਮਲ ਪਲਾਟ ਹੈ, ਉਹ ਵੀ ਬਠਿੰਡੇ ਵਾਲਾ, ਚੱਕ ਪੈਕ ਚੱਕ। ਫੇਰ ਆ ਗਿਆ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੂਜਾ ਜੀ, ਕੀ ਹਾਲ ਹੈ? ਵਧੀਆ ਜੀ, ਤੁਸੀਂ ਗੁਰਵਿੰਦਰ ਨੂੰ ਲੱਭ ਰਹੇ ਹੋ? ਨਹੀਂ ਨਹੀਂ, ਮੈਂ ਤੁਹਾਨੂੰ ਨਹੀਂ ਲੱਭ ਰਿਹਾ ਸੀਗਾ, ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਆ ਜਾਓ, ਅੰਦਰ ਬੈਠ ਕੇ ਕਰਦੇ ਹਾਂ। ਨਹੀਂ ਜੀ, ਸਮਝਦਾ ਹੁੰਦਾ, ਕੁਛ ਗੱਲਾਂ ਕੱਲੇ 'ਚ ਬਹਿ ਕੇ ਕਰਨ ਵਾਲੀਆਂ ਹੁੰਦੀਆਂ ਨੇ। ਅਤੇ ਅੰਦਰ ਕਿਹੜੀ ਰੈਲੀ ਚੱਲ ਰਹੀ ਹੈ? ਅੰਦਰ ਹੀ ਆ ਜਾਓ। ਨਹੀਂ ਨਹੀਂ ਜੀ, ਕੰਧਾਂ ਦੇ ਵੀ ਕੰਨ ਹੁੰਦੇ ਨੇ। ਅਤੇ ਆਹੀ ਜਦੋਂ ਕੰਨਾਂ 'ਤੇ ਵੱਜੀਆਂ ਨਾ, ਤਾਂ ਭੱਜਣ ਦਾ ਰਾਹ ਨਹੀਂ ਲੱਭਣਾ। ਹੈ ਜੀ, ਕੀ ਹੋਇਆ ਪੂਜਾ ਜੀ? ਤੂੰ ਮੈਨੂੰ ਪੁੱਛ ਰਿਹਾ ਕੀ ਹੋਇਆ? 4500 ਸ਼ਗਨ ਦੇ ਤਾਂ ਤੂੰ ਕੱਲ੍ਹ ਲੈ ਗਿਆ ਸੀਗਾ। ਅਸੀਂ ਸੋਚ ਰਹੇ ਛੁਹਾਰਾ ਵੀ ਅੱਜ ਤੇਰੇ ਮੂੰਹ ਲਾਈ ਦੇਈਏ। ਬੇਸ਼ਰਮਾ ਠੱਗਾ, ਤੈਨੂੰ ਸ਼ਰਮ ਨਹੀਂ ਆਉਂਦੀ? ਕਾਹਦੇ 4500 ਲੈ ਕੇ ਗਿਆ ਸੀ ਗੁਰਵਿੰਦਰ ਤੋਂ, ਦੱਸੀ? ਗੁਰਵਿੰਦਰ ਦੀ ਗੱਲ ਕਰਦੇ ਹੋ, ਤੁਹਾਡੀ ਫਰੈਂਡ ਦੀ? ਉਹ ਸਾਡੀ ਆਰਨੋਡਾ ਕੰਪਨੀ, ਉਹਦੀ ਮੈਂਬਰ ਬਣਨ ਪਿੱਛੇ ਮੇਰੇ ਪੈਰੀ ਪੈ ਗਈ। ਕਹਿੰਦੀ ਤੁਸੀਂ ਲੋਕਾਂ ਨੂੰ ਅਮੀਰ ਬਣਾਈ ਜਾਂਦੇ ਹੋ, ਰਾਤੋ ਰਾਤ ਮੈਨੂੰ ਵੀ ਅਮੀਰ ਬਣਾ ਦਿਓ। ਉਹ ਤਾਂ ਐਂ ਮੇਰੇ ਪੈਰੀ ਪਈ, ਜੇ ਮੇਰੀ ਥਾਂ 'ਤੇ ਕੋਈ ਹੋਰ ਹੁੰਦਾ ਨਾ, ਉਹ 'ਤੇ ਛੇੜਛਾੜ ਦਾ ਕੇਸ ਬਣਨਾ ਸੀ ਕਮੀਨੀ 'ਤੇ। ਕਮੀਨੀ ਜੀ, ਤੁਸੀਂ ਮੇਰਾ ਮਤਲਬ ਭੈਣ ਜੀ, ਤੁਸੀਂ? ਮੈਂ ਕਿਹਾ ਸੀ ਤੈਨੂੰ ਮੈਂਬਰ ਬਣਨ ਨੂੰ? ਨਾ। ਨਹੀਂ ਕਿਹਾ ਸੀ? ਹਾਂ ਕਿਹਾ ਸੀ। ਨਾ। ਹਾਂ ਕਿ ਨਾ? ਹਾਂ ਹਾਂ ਨਾ। ਵੇਖ, ਬਾਹਰੇ ਡਰਾਮੇ ਨਾ ਕਰ ਤੂੰ, ਮੈਂ ਤਾਂ ਹਰ ਭਜਨ ਨੇ ਆਉਣਾ ਸੀ ਵੇਖਣ ਨੂੰ, ਤੂੰ ਕੀ ਕਰਨ ਆਇਆ ਸੀ ਇੱਥੇ? ਮੈਂ ਵੀ ਤੁਹਾਨੂੰ ਉਹੀ ਦੱਸਣ ਲੱਗਿਆ ਸੀ, ਮੈਂ ਹਰਭਜਨ ਦਾ ਦੋਸਤ ਹਾਂ। ਅਸਲ ਦੇ ਵਿੱਚ ਮੈਨੂੰ ਹਰਭਜਨ ਨੇ ਇੱਥੇ ਭੇਜਿਆ ਵੀ ਜਾ ਕੇ ਚੈੱਕ ਕਰਕੇ ਸਕੂਲ ਦੇ ਵਿੱਚ ਕੁੜੀ ਨੂੰ। ਆ ਤਾਂ ਕੁਛ ਵੀ ਨਹੀਂ, ਤੁਹਾਡਾ ਸਕੂਲ ਤਾਂ ਬਹੁਤ ਨੇੜੇ ਹੈ, ਜੇ ਤੁਹਾਡਾ ਸਕੂਲ ਪਾਕਿਸਤਾਨ 'ਚ ਵੀ ਹੁੰਦਾ ਨਾ, ਤਾਂ ਆਹ ਤਾਰਾ ਪਾਕਿਸਤਾਨ 'ਚ ਜਾ ਕੇ ਨਲਕਾ ਪੱਟ ਕੇ ਆਉਂਦਾ। ਜੇ ਉੱਥੇ ਬਾਈ ਚਾਂਸ ਨਲਕਾ ਨਾ ਹੁੰਦਾ ਨਾ, ਤਾਂ ਟੂਟੀ ਦੇ ਸਿਰ ਮਾਰ ਕੇ ਟੂਟੀ ਤੋੜ ਕੇ ਆਉਂਦਾ। ਐਂ ਨਿਭਦੀਆਂ ਨਾ ਸਿਰ ਦੇ ਕੇ ਯਾਰੀਆਂ। ਅੱਛਾ, ਠੀਕ ਹੈ ਠੀਕ ਹੈ, ਤਾਂ ਤੈਨੂੰ ਹਰਭਜਨ ਨੇ ਭੇਜਿਆ ਹੈ? ਹਾਂਜੀ ਮਾਸਟਰ ਜੀ। ਹਰਭਜਨ ਮੇਰਾ ਹੀ ਨਾਂ ਹੈ। ਭੂਤ ਆ ਫਿਲਮ ਦਾ ਨਾਂ ਜਿਉਂਦੇ ਰਹੋ ਭੂਤ ਜੀ, ਖੌਫਨਾਕ ਦਿੱਤਾ ਸੀ ਜਿਹੜਾ ਭੂਤ ਆਇਆ ਸੀ। ਹਰੇ ਦੇ 26 ਮਿੰਟ ਦੀ ਫਿਲਮ ਹੋਈ ਹੈ, ਅੱਗੇ ਆ ਜਾਏਗਾ 2 ਘੰਟੇ ਦੀ। ਕਿਹੜੀ ਜਿਹੜੀ ਜਲਦੀ ਆਪਾਂ ਨੂੰ, ਕੀ ਮਤਲਬ ਬਣਾ ਲਿਆ ਸੀ? ਚਲੋ ਅੱਛਾ, ਭੂਤ ਵੇਖਣ ਲਈ ਭੂਤ ਵਾਲਾ ਮੂੰਹ ਬਣਾਉਣਾ ਪੈਂਦਾ। ਰੇਸ਼ਮ ਵਾਂਗ ਹੋ ਜਾਣਾ ਰੇਸ਼ਮ। ਨਹੀਂ ਫਿਲਮ ਮਜ਼ੇ ਦੀ ਹੈ, ਵੇਖੀ ਨੀ ਨਾ, ਵੇਖੀ ਨੀ ਗੀ ਪਹਿਲੇ ਤਾਂ ਮਜ਼ਾ ਆਉਣ ਡਿਆ, ਵੇਖੀਏ ਫਿਰ ਅੱਗੇ।